ਅਸਲਾਮ ਅਲੈਕੁਮ ਜੀ, ਅਗੇਨ ਵੈਲਕਮ ਟੂ ਦਮਾਨ ਖਾਨ ਪਿਜਨ ਸੀ। ਇਹ ਵੇਖੋ ਜੀ ਬੱਚਿਆਂ, ਅੱਜ ਮੌਸਮ ਠੰਡਾ ਸੀ, ਲੰਬੇ ਹੋ ਗਏ ਜੇ। ਇਹ ਹੁਣ ਬੱਚਾ ਪਹਿਲੇ ਦਿਨਾਂ 'ਚ ਬਹਿ ਰਿਹਾ, ਪਰਸੋਂ ਰਾਤ ਰਹਿ ਕੇ ਆਇਆ ਜੇ, ਅਤੇ ਅੱਜ ਵੀ ਇਹਦੇ ਇਰਾਦੇ ਕੋਈ ਨਹੀਂ, ਲਾਈਟਾਂ 'ਤੇ ਛੇੜੀ ਛੇੜੀ ਲਾ ਰਹੇ ਹਾਂ, ਲੇਕਿਨ ਕੁਛ ਜਿਹੜੀ ਮੰਨ ਨਹੀਂ ਰਿਹਾ ਸਹੀ ਤਰ੍ਹਾਂ। ਇਹ ਦੋ ਹੁਣ ਬੈਠੇ ਜੇ ਬਿਲਕੁਲ, ਲੇਕਿਨ ਅੱਗੇ ਲਾਈਟਾਂ 'ਤੇ ਲੱਗੇ ਸੀ। ਇਹ ਅੱਜ ਪਹਿਲੀ ਵਾਰੀ ਬਹਿਣਾ ਸੀ, ਕਿਉਂਕਿ ਅੱਗੇ ਪਰਸੋਂ ਰਾਤ ਰਹਿ ਕੇ ਆਇਆ ਜੇ। ਸੁਬਹਾ ਬੱਚਾ ਜੇ ਸਾਡਾ ਲਾਖਾ ਜੰਗਲੀ ਟਾਈਪ ਸੁਬਹਾ ਨਾ, ਐ ਵੇਖੋ ਐ ਹੁਣ ਆਪਾਂ ਮਾਰਦਾ ਪਿਆ ਜੇ। ਬਸ ਇਹੀ ਤਰੀਕਾ ਹੁੰਦਾ ਜੇ ਭਾਈ ਜਿਗਰੇ ਨਾਲ ਲਾਉਂਦੇ ਰਹੋ, ਕੁਛ ਵੀ ਨਹੀਂ ਹੁੰਦਾ। ਐ ਵੇਖੋ ਵੇਖੋ ਹੁਣ ਟੈਪਾ ਸ਼ਾਪਾ ਮਾਰਦਾ ਹੈ ਸਹੀ, ਹੁਣ ਵੇਖੋ ਬਹਿੰਦਾ ਜਾਂ ਕੋਈ ਨਹੀਂ ਬਹਿੰਦਾ। ਆਈ ਟੈਪਾ ਮਾਰਦਾ ਵੀ ਹੁਣ, ਪਰਸੋਂ ਹੁਣ ਰਾਤ ਰਿਹਾ ਅਤੇ ਅੱਜ ਵੇਖੋ ਮਤਲਬ ਕਾਫੀ ਹਨੇਰਾ ਹੋ ਗਿਆ। ਅੱਜ ਹੁਣ ਥੋੜ੍ਹੀ ਟੈਪ ਸ਼ੈਪ ਮਾਰਦਾ ਪਿਆ, ਜਾ ਸਿੱਖ ਰਿਹਾ ਕਿ ਅੱਜ ਬਹਿਣਾ, ਇੱਕ ਵਾਰੀ ਬਹਿ ਗਿਆ ਅਤੇ ਫਿਰ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਬਹਿਣਾ ਹੀ ਬਹਿਣਾ। ਇਹ ਵੇਖੋ ਲੰਮੀ ਟੈਪ ਮਾਰੀ ਹੈ, ਇਹ ਟੈਪ ਹੀ ਹੁੰਦੀ ਹੈ ਸਭ ਤੋਂ ਅੱਛੀ ਭਾਈ, ਮਤਲਬ ਰਾਤ ਨੂੰ ਬਹਿਣੇ ਵਾਸਤੇ ਕਬੂਤਰ ਇਹ ਆਸਾਨੀ ਦਿੰਦੀ ਹੈ। ਇਹ ਅੱਜ ਬਹਿ ਗਿਆ ਤਾਂ ਕੋਈ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਬਹਿੰਦੇ ਰਹੇਗਾ। ਇਹ ਤਰੀਕਾ ਹੁੰਦਾ ਜੇ ਰਾਤ ਨੂੰ ਲਾਉਣੇ ਦਾ, ਕਾਫੀ ਕਬੂਤਰ ਸਾਨੂੰ ਡੱਕ ਦਿੱਤੇ ਨੇ ਬੱਚੇ, ਕਿਉਂਕਿ ਭਾਈ ਅੱਜ ਮੌਸਮ ਠੰਡਾ ਹੈ, ਜਿਹੜਾ ਉੱਠਦਾ ਉਹ ਤਾਂ ਚੜ ਜਾਂਦਾ ਹੈ। ਸੁਬਹਾ ਦਾ ਉੱਡੇ ਆ ਜੇ ਭਾਈ, ਥੱਕਦਾ ਕੋਈ ਨਹੀਂ, ਬੜਾ ਜ਼ਹਿਰੀਲਾ ਬੱਚਾ ਹੈ। ਇਹ ਹੁਣ ਸਿਰਫ ਪਰਸੋਂ ਰਾਤ ਰਹਿ ਕੇ ਆਇਆ ਠੰਡ ਵਿੱਚ, ਅਤੇ ਅੱਜ ਵੇਖੋ ਬਹਿ ਚੱਲਿਆ, ਇਹ ਪੈ ਗਿਆ ਜੇ ਮਾਸ਼ਾ ਅੱਲਾ। ਮੀਆਂ ਤੇਰਾ ਬੱਚਾ ਬਹਿ ਗਈ, ਅੱਜ 15 ਨੰਬਰ ਨਾਲ ਬਾਅਦ ਚ ਬੈਠਾ ਭਾਈ, 15 ਬਹਿ ਗਿਆ ਅੱਜ, ਅਗਲੇ ਦਿਨ 15:30 ਬੈਠਾ ਭਾਈ, ਮਾਸ਼ਾਅੱਲਾ ਅੱਛਾ ਬੈਠਾ। ਅੱਜ 3 ਬਹਿ ਗਏ ਨੇ ਜੀ, 2 ਬੱਚੇ ਉੱਪਰ ਨੇ, ਕਿ ਚਪੜਾ ਕਬੂਤਰ ਫੜਿਆ ਸੀ ਪਰਸੋਂ, ਉਹ ਅੱਜ ਕੱਢ ਦਿੱਤਾ, ਅੱਜ ਉੱਡ ਗਿਆ। ਇੱਕ ਵਾਰੀ ਬਹਿ ਗਿਆ ਸੀ, ਫਿਰ ਉੱਡਿਆ, ਹੁਣ ਬਾਅਦ 'ਚ ਉਹ ਹੁਣ ਹੀ ਉੱਡਿਆ ਥੋੜ੍ਹੀ ਦੇਰ ਪਹਿਲਾਂ। ਇਹ ਸੁਬਹਾ ਦਾ ਉੱਡਿਆ ਸੀ, 15 ਨੰਬਰ ਵੀ ਸੁਬਹਾ ਦਾ ਉੱਡਿਆ ਸੀ। ਬਾਕੀ ਠੀਕ ਹੈ ਜੀ, ਨਮਾਨ ਖਾਨ ਪੀਜਨ ਜ਼ਰੂਰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਅੱਲਾ ਹਾਫਿਜ਼।